ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕਮੌਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਜ਼ੈਨਾ ਦਾ ਵਰਲਾਪ ਇਸ ਵਿੱਚ ਛੋਟੇ ਸਹਿਬਜ਼ਾਦਿਆਂ ਦੇ ਦਰਦਨਾਕ ਸਾਕੇ ਵੇਲੇ ਜੋ ਗੁਪਤ ਹਾਲ ਨਵਾਬ ਸਰਹਿੰਦ ਦੇ ਮਹਿਲਾਂ ਵਿੱਚ ਵਰਤਿਆ ਉਸ ਦਾ ਨਕਸ਼ਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸ੍ਰੀ ਗੁਰੂ ਕਲਗੀ ਤਰਜੀ ਮਹਾਰਾਜ ਜਗਤ ਰੱਖਿਆ ਕਾ ਉਕਾਰ ਸ਼੍ਰੋਮਣੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਜਾਦਿਆਂ ਦੇ ਖਿਡਾਉਣ ਵਾਸਤੇ ਇੱਕ ਰਾਜਪੂਤ ਜਾਤ ਤੋਂ ਬਣੀ ਸਿੱਖ ਇਸਤਰੀ ਸਿੱਖ ਪਤੀ ਸਣੇ ਮਹਿਲਾ ਵਿੱਚ ਰਹਿੰਦੀ ਹੁੰਦੀ ਸੀ ਪਹਿਲੇ ਸਲੇੜ ਦੀ ਕੋਈ ਕੋਈ ਮੇਲਣ ਕਦੇ-ਕਦੇ ਇਸ ਨੂੰ ਮਿਲਣੇ ਆ ਜਾਇਆ ਕਰਦੀ ਸੀ ਇੱਕ ਵੇਰੀ ਇੱਕ ਰਾਜਪੂਤਨੀ ਸੁਹਾਗੋ ਨਾਮ ਹੈ ਆਪਣੀ ਮੋਟਿਆਰ ਪਰ ਅਤ ਸੁੰਦਰ ਤੇ ਕੁਆਰੀ ਧੀ ਭਾਗੋ ਸਣੇ ਆਈ ਕੁਝ ਦਿਨ ਪ੍ਰਾਉਣੀ ਰਹਿ ਕੇ ਬिलासपुर ਦੇ ਰਾਜ ਵਿੱਚ ਚਲੀ ਗਈ ਜਿੱਥੇ ਜਾ ਕੇ ਰਾਜਾਂ ਦੇ ਮਹਿਲਾਂ ਵਿੱਚ ਗੋਲੀ ਹੋ ਗਈ ਇਸ ਦੀ ਇਹ ਮੋਟੀਆਰ ਲੜਕੀ ਕੁਝ ਦਿਨ ਗੁਰੂ ਮਹਿਲਾਂ ਦੇ ਦਾਸਕਾਰਾਂ ਵਿੱਚ ਰਹੀ ਸੀ ਜਦੋਂ ਹੁਣ ਮੁੜ ਕੇ ਮਾਂ ਪਾਸ ਗਈ ਗੁਰੂ ਘਰ ਦਾ ਅਸਰ ਉਸ ਦੇ ਦਿਲ ਪਰ ਹੋ ਗਿਆ ਸੀ ਜੋ ਅੰਤ ਤੱਕ ਨਾ ਭੁੱਲਾ ਸਾਹਿਬਜ਼ਾਦਿਆਂ ਦੇ ਸੁੰਦਰ ਸਰੂਪ ਸਿੱਖਾਂ ਦੇ ਤੇਜਸਵੀ ਦਰਸ਼ਨ ਰਾਜਸੀ ਤੇ ਸ਼ਾਂਤ ਕੀ ਪ੍ਰਭਾਉ ਉਸ ਦੇ ਸਾਦੇ ਦਿਲਪੁਰ ਪੱਥਰ ਲੀਕ ਹੋ ਗਏ ਸੇ ਰਾਜੇ ਬਿਲਾਸਪੁਰ ਦੇ ਦੁਆਰੇ ਮਾਨ ਔਰ ਸੇਵਾ ਕਰਦੀ ਰਾਜਸੀ ਰਣਵਾਸਾਂ ਦੇ ਸਾਰੇ ਹਾਲਾਂ ਦੀ ਵਾਕਫ ਹੋ ਗਈ ਸੀ ਰਾਜੇ ਦੇ ਜੰਗ ਜੁੱਦਾਂ ਔਰ ਗੁਰ ਤਰੋਵਾਂ ਦੇ ਹਾਲ ਵੀ ਮਹਿਲਾ ਵਿੱਚ ਸੁਣਦੀ ਰਹਿੰਦੀ ਸੀ ਔਰ ਉਹ ਬਾਲਪਨ ਦਾ ਬੱਧਾ ਨਕਸ਼ਾ ਭੋਲੇ ਭਾਵੇਂ ਜੋ ਅਸਰ ਕਰ ਗਿਆ ਹੋਇਆ ਸੀ ਪਾਇਮ ਸੀ ਇਹ ਅਸਰ ਕੇ ਅਨੰਦਪੁਰ ਦੇਵਤਿਆਂ ਦੀ ਪੂਰੀ ਹੈ ਉਥੋਂ ਦੇ ਵਾਸੀ ਧਰਮੀ ਹਨ ਔਰ ਉਹਨਾਂ ਅਗੇ ਕਿਸੇ ਦੀ ਪਾਇਆ ਨਹੀਂ ਦਿਲ ਤੋਂ ਕਦੀ ਦੂਰ ਨਾ ਹੋਇਆ ਹੁਣ ਇਹ ਬਹੁਤ ਜਵਾਨ ਹੋ ਗਈ ਕੁੜੀ ਪਿਤਾ ਨੇ ਵਿਆਹ ਦਿੱਤੀ ਇਸ ਦਾ ਸੋਹਰਾ ਘਰ ਸਰਹੰਦ ਵਿੱਚ ਸੀ ਅਜੇ ਡੋਲਾ ਸਰਹੰਦ ਨਹੀਂ ਪਹੁੰਚਿਆ ਸੀ ਕਿਸ ਦੀ ਸੁੰਦਰਤਾ আর ਜਵਾਨੀ ਦੀ ਤਾਕ ਪਹਿਲੇ ਆਪਣ ਪਈ ਡੋਲਾ ਰਸਤੇ ਵਿੱਚ ਹੀ ਰੋਕ ਕੇ ਖੋਲਿਆ ਗਿਆ আর ਇਸ ਤਰ੍ਹਾਂ ਨਵਾਬ ਦੇ ਮਹਿਲੀ ਪਹੁੰਚਾਇਆ ਗਿਆ ਕਿ ਪਤਾ ਨਾ ਲੱਗ ਸਕੇ ਡੋਲਾ ਕਿਸ ਖਸ ਖੜਿਆ ਹੈ ਪਹਿਲੇ ਤਾਂ ਇਹ ਸਖਤ ਰੰਜ ਵਿੱਚ ਰਹੀ ਅਤੇ ਮਹੀਨਿਆਂ ਤੱਕ ਨਵਾਬ ਦੇ ਮੱਥੇ ਨਾ ਲੱਗੀ ਤੇ ਧਰਮ ਬਚਾਉਣ ਦਾ ਜ਼ੋਰ ਲਾਉਂਦੀ ਰਹੀ ਪਰ ਅੰਤ ਇਸ ਦਾ ਧਰਮ ਕਈ ਤਰਦਦਾਂ ਦੇ ਅੱਗੇ ਨਾ ਬਚਿਆ ਹਾਠ ਨੇ ਹਾਰ ਦਿੱਤੀ ਤੇ ਬੇਗਮ ਬਣ ਗਈ ਇਸ ਬੇਗਮ ਦਾ ਮੁਸਲਮਾਨੀ ਨਾਮ ਜ਼ੈਨਬ ਨਿਸਾ ਹੋਇਆ ਜਿਸ ਨੂੰ ਪਿਆਰ ਨਾਲ ਨਵਾਬ ਸਾਹਿਬ ਜ਼ੈਨਾ ਕਰਕੇ ਸੱਦੇ ਹੁੰਦੇ ਸਨ ਐਸ਼ਵਰਜ ਪਾ ਕੇ ਵਿਵਦਾਂ ਨੂੰ ਭੁੱਲੀ ਤਾਂ ਸਹੀ ਪਰ ਉਹ ਅਨੰਦਪੁਰ ਦੀ ਦੇਵੀ ਹਵਾ ਦਾ ਇੱਕ ਰੂਮ ਕਦੇ-ਕਦੇ ਯਾਦ ਆਉਂਦਾ ਤਾਂ ਉਹ ਬਾਲਪਨੇ ਦਾ ਧਰਮ ਹੀ ਅਸਰ ਤਾਂ بےਬਲ ਕਰ ਦਿੰਦਾ ਇਸ ਯਾਦ ਦਾ ਸ਼ੁਭ ਫਲ ਵੀ ਕਈ ਵੇਰ ਨਿਕਲਦਾ ਕਿ ਸਿੱਖਾਂ ਨੂੰ ਕਈ ਮਦਦਾਂ ਇਸ ਤੋਂ ਗੁਪਤ ਪੁੱਜ ਜਾਂਦੀਆਂ ਪਰੰਤੂ ਤਦ ਵੀ ਆਪਣੀ ਸੁੰਦਰਤਾ ਅਰ ਗੁਣਾ ਦੀ ਕਦਰਦਾਨੀ ਵਿੱਚ ਭੁੱਲਦਾ ਨਸ਼ਾ ਅਕਸਰ ਚੜਿਆ ਰਹਿੰਦਾ ਅਰ ਬੇਗਮ ਬਹੁਤਾ ਵਕਤ ਭੁੱਲਦੇ ਆਸਰੇ ਸੁਖ ਵਿੱਚ ਹੀ ਬਿਤਾਉਂਦੀ ਜਦ ਗੰਗੂ ਬ੍ਰਾਹਮਣ ਨੇ ਛੋਟੇ ਸਹਿਬਜ਼ਾਦੇ ਫੜਵਾਏ ਤੇ ਨਵਾਬ ਦੇ ਦਰਬਾਰ ਵਿੱਚ ਕਤਲ ਦੇ ਮੱਤੇ ਪਕੀਜੇ ਤਦ ਕਰ ਕਰ ਹਹਾਕਾਰ ਮਚੀ ਉਸ ਹਹਾਕਾਰ ਦੀ ਸੁੰਧ ਮਹਿਲਾਂ ਵਿੱਚ ਵੀ ਪਹੁੰਚੀ ਅਰਜ਼ੈਨਾ ਦੇ ਕੰਨੀ ਵੀ ਪਈ ਜ਼ੈਨਾ ਨੇ ਅਸਲ ਹਾਲ ਪੁੱਛ ਮੰਗਵਾਏ ਪੁਰਾਣੇ ਸਮੇਂ ਅੱਖਾਂ ਅੱਗੇ ਆ ਗਏ ਨਾਲ ਸਿੱਖਾਂ ਦੇ ਬਲ ਤੇ ਤੇਜ ਦਾ ਡਰ ਵੀ ਛਾ ਗਿਆ ਤੇ ਸਿੱਖਾਂ ਦੇ ਹੱਥੋਂ ਆਪਣੇ ਰਾਜ ਭਾਗ ਨਿਸ਼ਚਿਤ ਤਬਾਹ ਹੋ ਜਾਣ ਦਾ ਸਹਿਮ ਛਾ ਗਿਆ ਇਨ੍ਹਾਂ ਡਰਾਂ ਨਾਲ ਬਿਆਕਲ ਹੋ ਗਈ ਤੇ ਕਈ ਵੇਰ ਨੈਣ ਭਰ ਭਰ ਡੁੱਲਣ ਲੱਗ ਪਏ ਇਸ ਦਸ਼ਾ ਵਿੱਚ ਰਾਤ ਕੁਝ ਬੀਤ ਗਈ ਇਸ ਪ੍ਰਕਾਰ ਦੇ ਵਿਰਲਾਪ ਵਿੱਚ ਸੀ ਕਿ ਨਵਾਬ ਸਾਹਿਬ ਵੀ ਮਹਿਲੀਆਂ ਆ ਗਏ ਉਸ ਦੀ ਵਿਆਕੁਲਤਾ ਦੇਖ ਕੇ ਉਸ ਦੇ ਰੂਪ ਦੇ ਕੈਦੀ ਨਵਾਬ ਸਾਹਿਬ ਬਿਆਕਲ ਹੋ ਗਏ ਅਰ ਖੇੜੇ ਪੈ ਪੈ ਕੇ ਪੁੱਛਣ ਲੱਗੇ ਅਰ ਅੱਗੇ ਲਿਖੀ ਬਾਤਚੀਤ ਸਾਰੀ ਰਾਤ ਹੁੰਦੀ ਰਹੀ ਜੋ ਪਹਿਲੇ ਅੰਕ ਵਿੱਚ ਲਿਖੀ ਹੈ ਦੂਸਰੇ ਅੰਕ ਵਿੱਚ ਨਵਾਬ ਸਾਹਿਬ ਤੇ ਉਹਨਾਂ ਦੇ ਮੁਸਾਹਿਬਾਂ ਦੀ ਗੁਪਤ ਸਲਾਹ ਦੇ مشورے ਦਾ ਹਾਲ ਹੈ ਜਿਸ ਦਾ ਸਿੱਟਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੀ ਸ਼ਹੀਦ ਕਰਕੇ ਨਵਾਬ ਬੜਾ ਦਿਲਗੀਰ ਹੋ ਕੇ ਮਹਿਲ ਹੀ ਗਿਆ بیگم ਅੱਗੇ ਹੀ ਇਹ ਦਿਲਚੀਰ ਸਮਾਚਾਰ ਸੁਣ ਕੇ ਰੋ ਰਹੀ ਸੀ ਨਵਾਬ ਦੇ ਪਹੁੰਚਿਆਂ ਫਿਰ ਬਹਿਸ ਛੜੀ ਇਹ ਬਾਤਚੀ ਤੀਸਰੇ ਅੰਕ ਵਿੱਚ ਵਰਣਿਤ ਹੈ ਇਹ ਹਾਲਾਤ ਇੱਕ ਦਰਦਨਾਕ ਗਾਇਨ ਧਾਰਨਾ ਵਿੱਚ ਲਿਖੇ ਹਨ ਅੰਕ ਪਹਿਲਾ ਸਰਹੰਦ ਦੇ ਰਾਜ ਮਹਿਲ ਪਟਰਾਣੀ ਜ਼ੈਨਾ ਦਾ ਕਮਰਾ ਆਈ ਜ਼ੈਨਾ ਕਾਬਰੀ ਹੋਈ ਤੇ ਰੋਂਦੀ ਰੋਂਦੀ ਏ ਕੀ ਕੀਤਾ ਸੁਕਾਜ ਸੋਚੀ ਨਹੀਂ ਦੂਰ ਦੀ ਸ਼ਾਨ ਏ ਰੈਸੀ ਤਖਤੋਂ ਨਾ ਤਾਜ ਦੌਲਤ ਹੁਕਮ ਦੂਰ ਹੋ ਜਾਣਗੇ ਉਲਟੀ ਪਹਿਨਦੀ ਏ ਫਾਲ ਖੋਟੇ ਸ਼ਗਨ ਸਾਫਨ ਹੋ ਰਹੇ ਹੋਸੀ ਮੰਦਾ ਹਵਾਲ ਮੱਥਾ ਲੱਗਾ ਰੱਬ ਦੇ ਨਾਲ ਜੋ ਗੋਲੀਆਂ ਨੂੰ ਕੋਈ ਜਾਈਓ ਸ਼ਿਤਾਬ ਲਿਆਵੋ ਤੁਰੰਤ ਸੱਦੀ ਸ਼ਾਨ ਨੂੰ ਮੈਂ ਹੋ ਰਹੀ ਆ ਬੇਤਾਬ ਮੈਨੂੰ ਸਹਯੋ ਚੈਨ ਨਾ ਆਉਂਦਾ ਕਰਨਾ ਬੈਠੇ ਕੁਕਾਜ ਹੋੜੋ ਕੋਈ ਜਾਏ ਕੇ ਸ਼ਾਨ ਨੂੰ ਉਡ ਜਾਏ ਹਥੋਂ ਜੇ ਬਾਜ ਹੱਥ ਆਉਣਾ ਫਿਰ ਨਹੀਂ ਓਖ ਹੈ ਦੋੜੋ ਦੋੜੋ ਨਹੀਂ ਦੋੜ ਲਿਆਵੋ ਘਰੀ ਸਦ ਕੇ ਕੰਤ ਨੂੰ ਕੰਮ ਨਾ ਹੋ ਜਾਏ ਚੋੜ ਛੇਤੀ ਕਰੋ ਗੋਲੀਆਂ ਮੇਰੀਓ ਆ ਗਿਆ ਨਵਾਬ ਨਵਾਬ ਪਿਆਰੀ ਜ਼ੈਨਾ ਅਜ਼ੀਜ਼ ਤੇਰਾ ਕਿਆ ਰੰਗ ਨਹੀਂ ਹੋ ਗਿਆ ਬੋਲੀ ਕੋਈ ਕਨੀਸ ਮੰਦਾ ਕਿਸੇ ਦਸ ਜੇ ਬੋਲਿਆ ਤੇਰਾ ਚਿਹਰਾ ਗੁਲਾਬ ਕਿਹੜੀ ਵਲੇ ਉਡਨੀ ਹੈ ਗਿਆ ਮੰਦੀ ਚਿਹਰੇ ਦੀ ਆਪ ਕਿਹੜੀ ਗੱਲੇ ਦਸ ਹੈ ਪੈ ਗਈ ਦਸ ਦੇ ਛੇਤੀ ਹਵਾਲ ਮੈਨੂੰ ਬੇਚੈਨੀ ਨੇ ਹੈ ਘੇਰਿਆ ਦੇਂ ਮੂਲੋਂ ਨਾ ਟਾਲ ਕੁੰਡੀ ਦਲੇ ਦੀ ਨੀ ਤੂੰ ਖੋਲ ਦੇ ਬੇਗਮ ਸੁਣ ਸ਼ਾਹਾ ਮੇਰੀ ਬਾਤ ਮੰਦਾ ਕਿਸੇ ਮੂਲ ਨਾ ਬੋਲਿਆ ਮੇਰੇ ਹਿਰਦੇ ਦੀ ਸ਼ਾਨ ਚਿੰਤਾ ਦੀ ਡੈਣ ਕਿਤੇ ਲੈ ਗਈ ਦਸਾਂ ਦਿਲ ਦਾ ਕੀ ਹਾਲ ਖੋਲ ਆਪਣਾ ਭਰਮ ਹੈ ਖੋਵਣਾ ਹੱਸ ਕੇ ਦੇਵੋਗੇ ਟਾਲ ਮਨੋਗੇ ਨਾ ਮੈਂ ਡਣਾ ਆਖਿਆ ਬਾਲਕ ਨੋ ਕਰਤੇ ਨਾਰ ਇਕੋ ਜੇ ਲੋਖਾਂ ਜਾਣਦੇ ਕਰਦਾ ਕੋਣੇ ਤਬਾਰ ਕਿਹੜਾ ਮੰਨੇ ਇਹਨਾਂ ਦਾ ਆਖਿਆ ਨਵਾਬ ਸੁਣ ਬੇਗਮ ਮੇਰੀ ਜਾਨ ਤੇਰੇ ਉਤੋਂ ਵਾਰਨੇ ਮੈਂ ਗਿਆ ਘਰ ਬਾਹਰ ਸਾਰੇ ਮਾਨ ਤੇਰਾ ਸਦਾ ਪਿਆਰੀਏ ਰੱਖਿਆ ਮੋੜੀ ਕੋਈ ਨਾ ਬਾਤ ਹਾਸੇ ਸੱਚੀ ਜ਼ੋਰ ਜੋ ਤੂੰ ਕਹੀਂ ਆਪਣੇ ਜੀ ਦੀ ਬੀਜਾਨ ਤੈਨੂੰ ਸਦਾ ਸੋਣੀਏ ਜਾਣਿਆ ਆਪਣੀ ਜਿੰਦੜੀ ਦੀ ਜਾਨ ਤੈਨੂੰ ਸਦਾ ਰੱਖਿਆ ਪਿਆਰੀਏ ਡਾਡਾ ਹੋਇਆ ਹੈਰਾਨ ਤੇਰਾ ਬੁਰਾ ਹਾਲ ਨਹੀਂ ਵੇਖ ਕੇ ਹੋ ਜਾ ਹੁਣ ਮਿਹਰਬਾਨ ਗੁੱਸਾ ਗਿੱਲਾ ਛੱਡ ਦੇ ਸੋਣੀਏ ਬੇਗਮ ਕਰ ਬਾਹਰ ਤੇ ایمان ਤੇਰੇ ਪਿੱਛੇ ਟੁਰ ਗਿਆ ਰਾਜਿਆ ਪੇਕੇ ਸੋਰੇ ਤੇ ਸਾਹ ਤੇਰੇ ਲਈ ਦੂਰ ਸਭ ਹੋ ਗਏ ਭਨ ਕੇ ਗਹਿਣੇ ਤਮਾਮ ਤੈਨੂੰ ਬਣਾ ਹਸ ਮੈਂ ਵੇ ਲਿਆ ਤੂੰ ਹੂੰ ਹੀ ਰੱਬ ਤੇ RAM ਆਸਰਾ ਸਭੀ ਥੋਕਣੀ ਮੈਂ ਡਣਾ ਵਿੰਗਾ ਹੋ ਜਾਏ ਵਾਲ ਤੇਰੇ ਪਿੰਡਿਓ ਇੱਕ ਜੇ ਸ਼ਾਹੀ ਮੇਰਾ ਆ ਜਾਏ ਕਾਲ ਮੱਛੀ ਦਾ ਜਿਉ ਨੀਰ ਤੋਂ ਵਿਛੜਿਆ ਤੂੰ ਭਰਤਾ ਵੇ ਮਨਾਰ ਤੇਰੇ ਬਿਨਾ ਮੂਲੋਂ ਨਾ ਸ਼ੋਭਦੀ ਮੈਂ ਪੱਤਰ ਤੂੰ ਮੇ ਢਾਰ ਤੇਰੇ ਬਿਨਾ ਮੇਰਾ ਕੀ ਆਸਰਾ ਹੁਣ ਤੂੰ ਕੀ ਤਾ ਹਨੇ ਆਪੇ ਵਣਿਓ ਵਿੱਚ ਜਾ ਪੱਠ ਦੇ ਹੋ ਗਿਓ ਹਦੋਂ ਦਲੇਰ ਵੇੜੇ ਲੱਗੋਂ ਮੌਤ ਦੇ ਖੇਡਣੇ ਮਿਲ ਗਏ ਖੋਟੇ ਮੁਨੀਬ ਖੋਟੀਆਂ ਪਟੀਆਂ ਤੂੰ ਬਾਚੀਆਂ ਮਿੱਠੀ ਉਹਨਾਂ ਦੀ ਜੀਵ ਮਾਰੂ ਜਿਵੇਂ ਮਿੱਠੜਾ ਤੇਲੀਆ ਜਾਂਦੇ ਪਰਬਤ ਨੀ ਪਾੜ ਸੁਣਦੇ ਰਹਿਣ ਮੰਤਰ ਜੋ ਖੋਟੜੇ ਚੁਗਲੀ ਨਿੰਦਾ ਦੀ ጫੜ ਬੁਰਜਾਂ ਕਿਲੇ ਭੋਏ ਤੇ ਡੇਗਦੀ ਨਵਾਬ ਕੈਸੀ ਅਚਰਜ ਹੈ ਬਾਤ ਪਾਵੇਂ 부ਝਾਰਤਾ ਤੂੰ ਬੇਗਮੇ ਬੀਤੀ ਕਿੰਨੀ ਹੈ ਰਾਤ ਦਸੇ ਨਹੀਂ ਬਾਤ ਤੂੰ ਖੋਲ ਕੇ ਲੇਖੇ ਰੱਬ ਤੇ ਰਸੂਲ ਦਸੀ ਦਲੀ ਦਰਦ ਤੇ ਦੁੱਖ ਜੋ ਮੇਰਾ ਮਿਟ ਜਾਏ ਸੂਲ ਜਿਹੜਾ ਉਦਾਸੀ ਤੇਰੀ ਛੇੜਿਆ ਬੇਗਮ ਖੇਡੇ ਸਪਾਂ ਦੀ ਖੇਡ ਵਿਠੂਏ ਦਾ ਮੰਤਰ ਨਾ ਤੂੰ ਜਾਣਦਾ ਮਾਰੀ ਜਾਈਆਂ ਨਾ ਭੇੜ ਮੱਥੇ ਸਿੱਖਾਂ ਨਾਲ ਤੂੰ ਲਾ ਲੇ ਪੁੱਛੇ ਮੈਨੂੰ ਕੀ ਹਾਲ ਸਾਰੇ ਵਰਤਾਏ ਨਹੀਂ ਤੂੰ ਹਾਲ ਜੋ ਵਸ ਨਾ ਚਲੇ ਤੇਰੇ ਨਾਲ ਨਿਰਬਲ ਪ੍ਰਾਧীন ਮੈਂ ਨਾ ਰਹਾ ਅਸਮਾਨਾ ਵੱਲ ਤੱਕ ਕੇ ਰੱਬਾ ਬਜਲੀ ਨੂੰ ਤੇਜ ਪੈੜੇ ਮੁਸਾਹਿਬ ਤੇਰੇ ਮਾਰ ਦੇ ਗੈਬੀ ਗੋਲੇ ਦੀ ਤੇਜ ਆਕੇ ਲਵੇ ਮਾੜੇ ਦਰਬਾਰੀਆਂ ਧਰਤੀ ਤੂੰ ਹੋਹੀ ਪਾਟ ਸਮੇਟੀ ਜੋ ਕਾਜ਼ੀ ਬੁਰਾ ਬੀਜ ਦੇ ਆਪੇ ਪਰਬਤ ਦੀ ਫਾਟ ਸੂਆਂ ਨੂੰ ਦੱਬੇ ਤਲੇ ਨਪ ਕੇ ਲਾਵੀ ਨਦੀਏ ਨੀਟਾ ਝੂਠੀ ਸ਼ਰਾਬ ਵਾਲੜੇ ਰੋਲ ਲੈ ਪੈ ਜਾਏ ਮੇਰੀ ਹੀ ਹਾ ਸੜ ਕੇ ਸਵਾਸਾਰੇ ਹੀ ਜਾਣ ਹੋ ਮੰਦੀ ਦਿੱਤੜੀ ਸਲਾ ਪਾਪੀ ਜਿਨਾ ਮੇਰੜੇ ਕੰਤ ਨੂੰ ਕੰਤ ਵੱਲ ਤੱਕ ਕੇ ਸਿਰ ਦੀ ਸੋਂ ਸਾਈਂ ਖਾ ਕੌਲ ਦੇਈ ਸੁਖੰਦ ਸੱਚੜਾ ਦਸ ਸਾਂ ਤਦ ਮੈਂ ਉਹ ਹਾਲ ਖੋਲਾ ਦਿਲੇ ਵਾਲੀ ਤਾਂ ਕੁੰਡੜੀ ਨਹੀਂ ਤਾਂ ਮਾਰਾਂਗੀ ਛਾਲ ਮਾਰਾਂ ਕਟਾਰੀ ਯਾ ਮੈਂ ਪੇਟ ਨਵਾਬ ਹਾ ਹਾ ਪਿਆਰੀ ਨਾ ਆਖ ਐਸੀ ਬੁਰੀ ਗੱਲ ਤੂੰ ਮੂੰਹ ਤੋਂ ਜਲਵਲ ਹੋ ਜਾਵਾ ਰਾਖ ਤੈਨੂੰ ਹਵਾ ਤਤੜੀ ਜੇ ਲਗੇ ਖਵਾ ਸੌਨੀ ਸੁਗੰਧ ਅੱਲਾ ਮੁਹੰਮਦ ਤੇ ਮੈਂ ਪੀੜ ਦੀ ਸੰਭਲਾ ਕੱਚੀ ਜਿਉ ਤੰਦ ਤੈਨੂੰ ਸੁਖੰਦ ਜੋ ਹਾਂ ਮੈਂ ਦੇਵਦਾ ਜੋ ਤੂੰ ਆਖੇਂਗੀ ਆਪ ਸੋਇਓ ਕਰਾਂ ਪਿਆਰੀ ਬੇਗ ਮੇਂ ਮੂਲੋਂ ਖਾਸਾ ਨਾ ਕਾਮ ਸਿਖਾਇਆ ਕਿਸੇ ਦੇ ਨਾ ਮੈਂ ਭੁੱਲ ਸਾ ਬੇਗਮ ਐਥੇ ਭਰਤਾ ਤੇ ਨਾਰ ਮੈਂ ਹਾਂ ਤੇ ਤੂੰ ਹੋਰ ਨਾ ਤੀਜੜਾ ਕਸਮਾ ਖਾ ਲੈ ਹਜ਼ਾਰ ਦੇ ਲੈ ਸੁਖਨ ਲੱਖਾਂ ਵੇ ਵਾਰ ਤੂੰ ਕੋਈ ਉਹ ਮਿੱਤਰ ਨਾ ਯਾਰ ਨੇੜੇ ਤੇਰੇ ਨਵਾਬ ਜੀ ਬੈਠਿਆ ਮੂੰਹ ਮੁਲਾਜ਼ੇ ਦੀ ਕਾਰ ਸੋਹਾਂ ਸੁਗੰਧਾਂ ਜੂ ਤੂੰ ਖਾਦੀਆਂ ਜਾਂੇ ਕਲ ਜਾਂ ਦਰਬਾਰ ਹੋਵਾਂਗੀ ਅੱਖਾਂ ਤੋਂ ਮੈਂ ਓਲੜੇ ਹੁੰਦਾ ਗਲ ਵਿੱਚ ਜਿਉਂਹਾਰ ਮੁਸਾਹਿਬ ਤੇਵੇਂ ਕੋਲਵੇਂ ਹੋਣਗੇ ਤੋੜਨ ਤੇਰੀ ਸੁਗੰਧ ਆਖਣਗੇ ਜੋ ਸੋਈ ਤੂੰਵੇਂ ਕਰੇ ਪੀ ਪੀ ਪੀਹੇਗਾ ਦੰਦ ਟੁਕੇਗਾ ਤੂੰ ਜੀਬੜੀ ਆਪਣੀ ਬੈਠੀਏ ਉੱਪਰ ਜੇ ਡਾਲ ਕਟਿਏ ਓਨੂੰ ਹੀਠ ਤਾਂ ਡਿਗੀਏ ਲੈਸੇ ਟਿੱਕਰ ਤੂੰ ਮਾਰ ਪੈਰੀ ਕੋਹਾੜਾ ਥੀ ਆਪਣੇ ਮਾਰਾਂ ਖਿੱਚਵੇ ਕਟਾਰ ਸੀਨੇ ਵਿਖੇ ਆਜੀ ਆਪਣੇ ਹੋਵੇ ਕਜ਼ੀਆ 에ਪਾਰ ਨਾ ਹੋਵਾਂ ਨਾ ਦੇਖਾਂਗੀ ਮੈਂ ਕਹਿਰ ਨੂੰ ਕਟਾਰ ਕੱਢ ਕੇ ਮਾਰਨ ਲੱਗੀ ਨਵਾਬ ਨੇ ਹੱਥ ਫੜ ਲਿਆ ਨਵਾਬ ਮੇਰੀ ਪਿਆਰੀਏ ਨਾਰ ਚਿੰਤਾ ਵਿਖੇ ਚਲੀ ਤੂੰ ਆਪ ਤੋਂ ਹਿਰਦੇ ਫੂਕੀ ਕੀ ਨਾਰ ਨਾਰ ਤੋਂ ਪਾਵ ਹੈ ਅਗ ਹਰਦੇ ਫੂਕੇ ਕਿਨਾਰ ਕਿਹੜੇ ਤੰਦੂਰੋਂ ਨਹੀਂ ਤੂੰ ਕੱਢ ਕੇ ਦਸੇ ਮੂਲੋਂ ਨਾ ਭੇਦ ਰੋਂਦੀ ਜਾਏ ਖੇੜਦੀ ਆਪ ਤੇ ਨਿੰਦੇ ਸਜਣਾ ਸਮੇਤ ਮੈਨੂੰ ਮੋ ਸਾਹਿਬ ਜੋਹਨ ਮੈਂਡੜੇ ਕੋੜੀ ਕਿਉ ਹੋਈ ਜਿੰਦ ਮਰਨਾ ਕਿਵੇਂ ਮਿੱਠੜਾ ਭਾਸਿਆ ਕਿਹੀ ਵਿਆਪੀ ਹੈ ਚਿੰਦ ਹੋਈ ਆਵਾਜ਼ਾਰ ਤੂੰ ਐਤਨੀ ਦਸਦੇ ਦਸਦੇ ਹਵਾਲ ਕੋਟੀ ਨਾ ਤੂੰ ਜ਼ਹਿਰ ਨੂੰ ਅੰਦਰੇ ਆਵੇ ਅਗਨੀ ਦੀ ਚਾਲ ਕੋਟੀ ਕਿਵੇਂ ਕਹਿਰ ਲੈ ਆਉਂਦੀ ਵੱਧਦਾ ਜਾਏ ਸ਼ਿਤਾਬ ਫੋੜੇ ਨੂੰ ਜੇ ਕੁੱਟ ਕੇ ਰਖੀਏ ਰਾਜ਼ੀ ਹੋ ਜਾਏ ਸ਼ਿਤਾਬ ਦਿੱਖੀ ਛੁਰੀ ਨਾਲ ਜੇ ਚੀੜੀਏ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ